दो चार गेड़े कड़े ने ठीक है एक तरह ना ही समझ लो भी नवी आ जमी क्यों गेड़े गुड़े फाल रंग भी नहीं लिया होया क्योंकि जो आप चलाने संत रंग तो लेंदी आ ਸਸ਼ੀਕਾਲ ਜੀ ਸੰਧੂ ਡੇਅਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਲੈ ਮਿੱਤਰੋ ਆਪਣੇ ਚੈਨਲ ਤੇ ਤੁਸੀਂ ਹਮੇਸ਼ਾ ਮੱਝਾਂ ਚੋਟੀਆਂ ਦੇਖਦੇ ਰਹਿੰਦੇ ਹੋ ਤੇ ਅੱਜ ਆਪਾਂ ਤੁਹਾਨੂੰ ਇੱਕ ਵੱਖਰੀ ਚੀਜ਼ ਦਿਖਾਉਣ ਲੱਗਿਆਂ ਵੱਖਰੀ ਵੀ ਨਹੀਂ ਕਿਉਂ ਆਪਣਾ ਜੱਟਾਂ ਲਈ ਸੌਦਾ ਉਹ ਵੀ ਤੇ ਜ਼ਿਮੀਂਦਾਰਾਂ ਭਰਾਵਾਂ ਵੀ ਕੰਮ ਆਉਣ ਵਾਲੀਆਂ ਚੀਜ਼ਾਂ ਨੇ ਤੇ ਅੱਜ ਆਪਾਂ ਪਿੰਡ ਘੋੜੇ ਨਾਲ ਜਿਹੜਾ ਸੰਗਰੂਰ 'ਚੋਂ ਬਣਾ ਰਹੇ ਹਾਂ ਵੀਡੀਓ ਇਹ ਪਰ ਤੁਹਾਨੂੰ ਇਹੀ ਲੱਗੂਗਾ ਵੀ ਕਿਸੇ ਆਪਾਂ ਸੁਪਰ ਸੀਡਰਾਂ ਦੀ ਏਜੰਸੀ 'ਚ ਖੜਿਆ ਜਾਂ ਜਿਵੇਂ ਜਗਜੀਤ ਵਾਲਿਆਂ ਦੇ ਖੜਿਆ ਅਸੀਂ ਭੁਲੇਖਾ ਲੱਗੂ ਤੇ ਆਪਾਂ ਬਕਾਇਦਾ ਸਾਰੀ ਦਿਖਾਵਾਂਗੇ ਵੀ ਜੇ ਬਾਕੀ ਬਾਈ ਨਾਲ ਗੱਲ ਵੀ ਕਰਾਵਾਂਗੇ ਤੇ ਸੁਪਰ ਸੀਡਰ ਨੇ ਤੇ ਰੂਟਾ ਬੀਟਰ ਨੇ ਤੇ ਉਹਨਾਂ ਦੇ ਰੇਟ ਰੂਟ ਵੀ ਪੁੱਛਾਂਗੇ ਆਪਾਂ ਤੇ ਵੀਡੀਓ ਦੇ ਲਾਸਟ ਤੱਕ ਜ਼ਰੂਰ ਦੇਖੋ ਜੇ ਕਿਸੇ ਸੱਜਣ ਨੇ ਖਰੀਦਣਾ ਤਾਂ ਉਹ ਆਪਾਂ ਨੰਬਰ ਬਕਾਇਦਾ ਲੈ ਕੇ ਦੇਵਾਂਗੇ ਬਾਕੀ ਆਪਾਂ ਬਾਈ ਨਾਲ ਮਿਲਾਉਂਦੇ ਹਾਂ ਹੋਰ ਬਾਈ ਜੀ ਠੀਕ ਹੈ ਪਹਿਲਾਂ ਨਾਂ ਦੱਸਦੇ ਬਾਈ ਆਪਣਾ ਜਿਹੜਾ ਮੇਰਾ ਨਾਮ ਹਰਦੀਪ ਸਿੰਘ ਪਿੰਡ ਘੋੜੇ ਨਾਲ ਜ਼ਿਲ੍ਹਾ ਸੰਗਰੂਰ ਹਾਂਜੀ ਇਹ ਬਾਈ ਆਪਾਂ ਕਦੋਂ ਕਦੋਂ ਕਰ ਰਹੇ ਹਾਂ ਕੰਮ ਇਹ ਜਿਹੜੇ ਹੋ ਗਿਆ ਬਾਈ ਇਹ ਵੀਰੇ ਵਪਾਰ ਕਰ ਰਹੇ ਆਪਾਂ 2013 ਤੋਂ ਅੱਛਾ ਸੁਪਰ ਸੀਡਰ ਰੋਟਾਵੇਟਰ ਕੰਪਿਊਟਰ ਕਰਾ ਦਾ ਲੋਡਰ ਮਸ਼ੀਨ ਟਰਾਲੀ ਜੀ ਠੀਕ ਹੈ ਟੈਕਟਰ ਤੋਂ ਛੱਡ ਗਈ ਕੁੱਲ ਲੋਹਾ ਮਿਲੂਗਾ ਹਾਂ ਕੁੱਲ ਲੋਹਾ ਮਿਲੂਗਾ ਅੱਛਾ ਕੱਲਾ ਟਰੈਕਟਰ ਨਹੀਂ ਮਿਲਦਾ ਕਹਿੰਦਾ ਕੋਈ ਟਰੈਕਟਰ ਵੀ ਲੈ ਲਿਆ ਕਰ ਇੱਕ ਅੱਧਾ ਵਿੱਚ ਨਹੀਂ ਟਰੈਕਟਰ ਤਾਂ ਭੇਟ ਨਹੀਂ ਹੈਗਾ ਜੋ ਕਹਿ ਰਹੀ ਹੈ ਅੱਛਾ ਤੇ ਇਹਨਾਂ ਬਾਰੇ ਭੇਟ ਨਹੀਂ ਲਾਉਣ ਦੇ ਆਪਾਂ ਨੂੰ ਅੱਛਾ ਬਸ ਇਹਨਾਂ ਦੀ ਵਪਾਰ ਕਰਦੇ ਹਾਂ ਠੀਕ ਹੈ ਜਿਹੜਾ ਜਿਹੜਾ ਸੀਜ਼ਨ ਚੱਲੀ ਜਾਂਦਾ ਉਸੇ ਤਰ੍ਹਾਂ ਦੇ ਸੰਦ ਹਨਾ ਉਸੇ ਸੰਦ ਮਿਲ ਜਾਣਗੇ ਹਾਂ ਜਿਵੇਂ ਹੁਣ ਅੱਗੇ ਬਈ ਦੇਖੋ ਬਿਜਾਈ ਦਾ ਸਮਾਂ ਆਊਗਾ ਤਾਂ ਹੁਣ ਸੁਪਰ ਸੀਡਰਾਂ ਤੇ ਰੂਟਾਵੀਟਰ ਦੀ ਮੰਗ ਹੈ ਜਿਵੇਂ ਹੁਣ ਸੁਪਰ ਸੀਡਰ ਬਾਕੀ ਆਪਾਂ ਰੀਪਰ ਉੱਪਰ ਵੀ ਹੈ ਨਾ ਹਾਂ ਜੀ ਰੀਪਰ ਵੀ ਕਰਦੇ ਜੀ ਆਪਾਂ ਤੁਹਾਨੂੰ ਰੀਪਰ ਜੀ ਕੀ ਚੀਜ਼ਾਂ ਲੈ ਲੈਣੇ ਆਪਾਂ ਦੁਬਾਰੇ ਸਮਝਾ ਦੇ ਟਿਕੇ ਜੀ ਨਾਲ ਆਪਾਂ ਜੀ ਕੰਪਿਊਟਰ ਕਰਾਹਾ ਜੀ ਹਾਂਜੀ ਰੋਟਾਵੀਟਰ ਜੀ ਸੁਪਰ ਸੀਡਰ ਜੀਰੋ ਡਰਿਲ ਜੀ ਠੀਕ ਹੈ ਜੀ ਹਾਂਜੀ ਕੁੱਲ ਚੀਜ਼ ਮਿਲੂਗੀ ਸੱਜਣੋ ਇੱਥੇ ਨਵੀਂ ਵੀ ਜੇ ਤੁਸੀਂ ਕਹਿ ਸਕਦੇ ਬਸ ਨਵੇਂ ਵਾਲੀ ਕੰਮ ਹੁੰਦਾ ਕਿਉਂਕਿ ਥੋੜੇ ਘਣੀ ਹੈ ਨਾ ਚੱਲਿਆ ਹੋਇਆ ਮੈਂ ਬਕਾਇਦਾ ਦੇਖੇ ਵੀ ਨੇ ਮੈਂ ਤੇ ਦੇਖੀ ਦਿਖਾ ਦਿਆ ਲੈਂਡ ਫੋਰਸ ਦਿਖਾ ਤੇ ਇੱਧਰੋਂ ਦਸ਼ਮੇਸ਼ ਵਾਲਾ ਨਾ ਖੜਿਆ ਨਵਾਂ ਤੇ ਇਹ ਬਈ ਇਹਦਾ ਕੀ ਰੇਟ ਹੈ ਬਈ ਤੁਸੀਂ ਦੇ ਇਹ ਜੀ 21 ਮਾਡਲ ਹੈ ਜੀ ਦਸ਼ਮੇਸ਼ ਮੇਲ ਕੋਲ ਦਾ ਸੁਪਰ ਸੀਡਰ ਹੈ ਜੀ 8 ਫੁੱਟ ਹੈ ਜੀ ਇਹਦੀ ਕੀਮਤ ਹੈ 1,65,000 ਰੁਪਏ ਜੀ ਹਾਂ 21 ਮਾਡਲ ਹੈ ਦੇਖੋ ਸਾਲ ਕੇ ਚੱਲਿਆ ਹੋਇਆ ਉਹ ਇਹਦੀ ਮੰਗ ਥੋੜੀ ਜ਼ਿਆਦਾ ਹੈ ਹਾਂ ਜੀ ਇਹ ਡਿਸਕ ਮਾਡਲ ਚ ਆ ਗਿਆ ਜੀ ਅੱਛਾ ਹਾਂ ਜੀ ਦਿਖਾਓ ਵਿੱਚੋਂ ਆਪਾਂ ਨੂੰ ਤਾਂ ਭੇਜ ਦਿਆ ਘੱਟ ਹੈ ਮਾੜਾ ਜਿਹਾ ਬਾਈ ਤੋਂ ਦਿਖਾ ਦੇ ਕੀ ਗੱਲ ਬਾਤ ਹੈ ਬਾਕੀ ਇਹਦੀ ਇਹ ਜੀ ਡਿਸਕ ਚ ਮਾਡਲ ਆ ਗਿਆ ਜੀ ਅੱਛਾ ਇਹਨਾਂ ਦਾ ਹਾਂ ਜੀ ਠੀਕ ਹੈ ਠੀਕ ਹੈ ਇਹਦਾ ਕੀ ਦੂਜੇ ਨੂੰ ਡਿਫਰੈਂਟ ਕੀ ਕੰਮ ਕਰਦਾ ਬਈ ਇਹ ਬਜਾਈ ਵਧੀਆ ਕਰਦਾ ਬਿਲਕੁਲ ਜੀ ਅੱਛਾ ਦਾਣਾ ਨੰਗਾ ਹੀ ਰਹਿੰਦਾ ਬਿਲਕੁਲ ਵੀ ਅੱਛਾ ਵੀ ਦਾਣਾ ਨੰਗਾ ਨੁੰਗਾ ਤੇ ਨਹੀਂ ਹਰਾ ਵਧੀਆ ਹੁੰਦਾ ਹਾਂ ਜੀ ਹਰਾ ਵਧੀਆ ਹੁੰਦਾ ਜੀ ਠੀਕ ਹੈ ਬਾਈ ਜੀ ਦੇ ਗਾਹਕ ਵੀ ਆਏ ਹੋਏ ਨੇ ਤੇ ਆਉਣਾ ਜਾਣਾ ਲੱਗਿਆ ਰਹਿੰਦਾ ਮੈਨੂੰ ਹੋ ਗਿਆ ਘੰਟਾ ਕਾਏ ਨੂੰ ਤੇ ਮੈਂ ਇੱਕ ਦਿਨ ਦਾ ਮੇਲ ਹੀ ਲੱਗਿਆ ਰਹਿੰਦਾ ਹੈ ਨਾ ਬਈ ਹਾਂ ਜੀ ਹਾਂ ਜੀ ਹਾਂ ਤੇ ਕਿਉਂ ਗਾਹਕ ਆਉਣਾ ਜਾਣਾ ਲੱਗਿਆ ਰਹਿੰਦਾ ਬਾਈਆਂ ਨੂੰ ਪੁੱਛਾਂਗੇ ਆਪਾਂ ਕਿੱਥੋਂ ਆਏ ਹੋ ਬਾਈ ਸਿੰਘ ਨੂੰ ਤੋਂ ਆਇਆ ਤੂੰ ਨੇੜੇ ਪਿੰਡ ਪੰਮਾ ਵਾਲਾ ਤੂਰੀ ਨੇੜੇ ਪੰਨਾਵਾਲ ਪੰਨਾਵਾਲ ਤੇ ਪਹਿਲਾਂ ਬਾਈ ਮੈਂ ਅੰਮ੍ਰਿਤਸਰ ਤੋਂ ਖੜੇ ਹਾਂ ਅੰਮ੍ਰਿਤਸਰ ਤਰਨ ਤਰਨ ਹਾਂ ਤਰਨ ਤਰਨ ਤੋਂ ਮਿੱਤਰ ਸੱਜਣ ਮੋਟਰਸਾਈਕਲ ਦੀ ਆ ਕੇ ਦੇਖੋ ਮੇਲਾ ਬਾਟ ਵੀ 250 ਕਿਲੋ ਖਾ ਲਈ ਤੇ ਆਪਾਂ ਰੂਟਾ ਇਹ ਸੁਪਰ ਸੀਡਰ ਦੇਖਣਾ ਹੈ ਠੀਕ ਹੈ ਠੀਕ ਹੈ ਤੇ ਸੁਪਰ ਸੀਡਰ ਲੈਣ ਆਏ ਨੇ ਕਿਉਂਕਿ ਅੱਗੇ ਬਜਾਈ ਦਾ ਟਾਈਮ ਹੈ ਬਾਈ ਬਾਕੀ ਲੋੜ ਰਹਿੰਦੀ ਹੈ ਬਾਕੀ ਤੁਹਾਨੂੰ ਪਤੀ ਆ ਜਿਹੜੀ ਚੀਜ਼ ਦੀ ਅੱਗੇ ਡਿਮਾਂਡ ਰਹਿੰਦੀ ਹੈ ਹਨਾ ਤੇ ਇਹ ਚ ਬਾਈ ਕਿੰਨੇ ਕਿਹੜਾ ਨਵਾਂ ਇਹ ਆਪਾਂ ਹੁਣ ਕਿੰਨੇ ਕਿਹੜਾ ਦੇ ਦਾਂਗੇ ਇਹ ਜੀ ਵੀਰੇ ਨਵਾਂ ਹੈ 2,55,000 ਦਾ ਜੀ 2,55,000 ਇਹਦੀ ਨਵੇਂ ਦੀ ਕੀਮਤ ਨਵੀਂ ਦੀ ਨਵੇਂ ਦੀ ਕੀਮਤ ਹੈ ਅੱਛਾ ਇਹ 1,65,000 ਦਾ ਦੇ ਦਾਂਗੇ ਜੀ ਅੱਛਾ ਤੇ ਸਾਲ ਕੇ ਚੱਲਿਆ ਹੋਇਆ ਹਾਂ ਚੱਲਿਆ ਜੀ 5-7 ਕਿਲੇ ਚੱਲਿਆ ਹੋਇਆ ਜੀ ਅੱਛਾ ਤੇ ਛੁਰੀਆਂ ਛਾਰੀਆਂ ਨਾਲ ਦੀ ਨਾਲ ਦੀਆਂ ਨੇ ਵੀਰੇ ਸਾਰੀ ਕੁਝ 5-7 ਕਿਲੇ ਜਿਹਦਾ ਕੀ ਹੁੰਦਾ ਯਾਰ 5-7 ਕਿਲੇ ਡੈਮੋ ਜੇ ਬਾਹਰ ਦੇ ਬਾਸੀ 5-7 ਕਿਲੇ ਚੱਲੇ ਤੁਹਾਡੇ ਸਾਹਮਣੇ ਅੱਛਾ ਹਾਂ ਕੀਮਤ ਦੇਖੋ ਕਿੰਨਾ ਫਰਕ ਪੈ ਗਿਆ 5-7 ਕਿਲੇ ਜੇ ਤਾਂ ਬਹੁਤ ਮਹਿੰਗਾ ਪੈ ਗਿਆ ਕਿਲੇ ਦੀ ਬਿਜਾਈ ਸਾਬ ਨੇ ਹਾਂ ਜੀ ਇਹ ਤਾਂ ਬਸ ਦੇਈ ਜਾਂਦੇ ਨੇ ਬਾਕੀ ਵੇਚੀ ਜਾਂਦੇ ਵਪਾਰ ਲੈਣੇ ਇਹ ਕਿਹੜੀ ਸਾਈਡ ਤੋਂ ਖਰੀਦਦੇ ਬਈ ਆਪਾਂ ਜਾਂਦੇ ਇਹ ਵੀਰੇ ਕਿਤੇ ਮਰਜ਼ੀ ਮਿਲਦੀ ਸਾਨੂੰ ਅੱਛਾ ਰੇਟ 'ਚ ਮਿਲਦੀ ਹਾਂ ਰੇਟ 'ਚ ਮਿਲ ਜੇ ਕਿਤੋਂ ਮਰਜ਼ੀ ਮਿਲ ਜੇ ਸਾਨੂੰ ਲੈ ਲੈ ਅੱਛਾ ਪੰਜਾਬ ਹਰਿਆਣਾ ਦਿੱਲੀ ਕਿਤੋਂ ਮਿਲ ਜੇ ਕਿਤੇ ਮਿਲ ਜੇ ਤੇ ਉੱਥੇ ਲੱਦ ਲੈ ਉੱਥੇ ਲੱਦ ਲੈ ਬਾਕੀ ਬਕਾਇਦਾ ਗੱਡੀ ਆਉਂਦੀ ਹੈ ਬਾਈ ਦੀ ਸਾਧਨ ਸਾਰਾ ਨਾ ਆਇਆ ਇਹ ਤਾਂ ਤੁਹਾਨੂੰ ਦਿਖਾਤਾ ਹੁਣ ਆਪਾਂ ਦਸ਼ਮੇਸ਼ ਵਾਲਾ
सारे अपने 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 को पीस कड़े 30-35 जी 30-35 पीस वाह यार कम तेरा फिर है ना नहीं बढ़िया कम है जी ना ना बढ़िया जी साडे एरिए दा बंदा है जी गल नहीं ते सानू भी बकायदा पूछदे ने ना जदों भी छोटे यार घोड़े नाप पर ताका जदों पिंड घोड़े नाप दा नाम लेंदे ने दा फर्क जा पैंदा इक तरह दा जानसी वाली कम है ते जानसी दी जेड़ी इक तरह दा ब्रांड मिलूगा इत्थे हरेक तरह दा मिलूगा ना भाई फुल लसंद मिलूगा सानू जिमीदार नाल अटैचमेंट जिवें अपना लेजर लेवल है ना वो भी नवे वर्गी मिल गए ते होर केड़ा केड़ा भाई वो केड़ा मॉडल है वो भी 20 मॉडल है अच्छा हां जी ओदा रेट ना कोई फर्क भाई वो 45000 ਦਾ ਹੈ अच्छा हां जी ਇਹਨਾਂ ਦਾ ਬਸ ਕਿੰਨਾ ਡਿਸਕਾਊਂਟ ਦਾ ਫਰਕ ਹੈ ਨਹੀਂ ਡਿਸਕਾਊਂਟ ਉਹ ਚ ਵੀ ਨਹੀਂ ਭਾਈ अच्छा हां ਉਹ ਚ ਵੀ ਡਿਸਕਾਊਂਟ अच्छा हां ठीक है ते एक ਮੇਲਾ ਦਾ ਹਾ ਖੜਿਆ ਰੂਟਾ ਵਿੱਚ ਹਾਂ ਇਹ ਰੂਟਾ ਵਿੱਚ ਲਾਈ ਫੋਸਦਾ ਹਾਂ ਯਾਰ ਰੂਟਾ ਵਿੱਚ ਵੀ ਦਿਖਾ ਦੇ ਲੋ ਮਿੱਤਰਾ ਇਹ ਰੂਟਾ ਵਿੱਚ ਭਾਈ ਇਹ ਕੈ ਮਾਡਲ ਇਹ 20 ਮਾਡਲ ਹੈ95000 बागल च लिया लवी है बागल बागल च भी खासा खड़ा समान बाकी एक घर देर खड़े ज्यादा लंबा हो समान बहुत है आ दिखा दे जगजीत रहा ना एदा भी 9000 खासा बिकदा ठीक है नवी जमी क्यों गेड़े गुड़े फाल रंग भी नहीं लिखा हो जो आप चला संत रंग ली ने हो जा भाई थोड़ा जा रेट दसे ने बी कोई हो जू घट बाद बड़ा मोटा हो जू रेट जायजी दसे ने रेट जी अच्छा रेट जायजी रेट जायजी बाकी पहुंच पूंच आप कर देंगे अलग कर अलग होंगी है जी रंग जमी नाल दी पिया जमी नवी कंडीशन च है जे जाके देख लियो जे आके इधर कोई गल नहीं इधर पिछो भी दिखा दे भाई एदा भाई की सिस्टम है दिखा भी समझा दे यार फिर एदे डिस्कां नहीं आईयां हैगियां जी अच्छा हां जी हां जी अच्छा एदे डिस्क नहीं हां जी एदे प्लेन प्लेट प्लेट आई है जी ठीक है जी हां जी हां ₹75000 ₹75000 दिखा ਇੰਨਾ ਰੇਟ ਡਾਊਨ ਕਿਉਂ ਬਈ ਲੋਹਾ ਤਾਂ ਉਹਦੇ ਵੀ ਉਨੀ ਲੱਗਿਆ ਹੋਣਾ ਯਾਰ ਬਸ ਇਹਦੇ ਡਿਸਕਾਂ ਨਹੀਂ ਆਈਆਂ ਜੀ ਅੱਛਾ ਹਾਂਜੀ ਹਾਂ ਇਹ ਕੁੱਲ 75000 ਚ ਹੈ ਸੱਜਣੋ ਇਹ ਡਿਸਕਾਂ ਨਹੀਂ ਹੈਗੀਆਂ ਇਹਦੇ ਕੱਲੀਆਂ ਇਹ ਕੈਮ ਮਾਡਲ ਹੈ ਬਈ
ਇਹ 20 ਮਾਡਲ ਹੈ ਜੀ। ਅੱਛਾ 20 ਮਾਡਲ ਹੈ ਇਹ, ਕੁੱਲ 75,000 ਚ ਜੇ ਕੋਈ ਖਰੀਦਣ ਦਾ ਚਾਹਵਾਨ ਹੋਵੇ। ਇਹ ਚੌਪਰ ਵੀ ਜਮੀ ਨਵੀਂ ਖੜਿਆ ਬਈ, ਇਹ ਚੌਪਰ ਹੈ 22 ਮਾਡਲ ਹੈ ਜੀ। ਅੱਛਾ ਹਾਂਜੀ 22 ਮਾਡਲ ਹੈ ਜਮੀ ਨਵਾਂ, ਜੇ ਕੋਈ ਸੱਜਣ ਲੈਣ ਦਾ ਚਾਹਵਾਨ ਹੋਇਆ ਇਹ ਕਿੰਨਿਆਂ ਦੇ ਦਾਂਗੇ ਬਈ ਆਪਾਂ? ਫਿਰ 1,65,000 ਦਾ ਜੀ ਆਉਣ ਲੱਗ ਜੀ। अगले ने बीज ले होने जमी आन लग ते नवे तो फिर 20 मॉडल तो घट नहीं लेंदे भाई आपां है ना? 20 मॉडल तो घट लेंदे जी। अच्छा हां जी 21-20 आई 20 च ने सुपर सीट जी। ਡਿਸਕਾਂ ਚ ਆਏ ਪਹਿਲਾਂ, ਡਿਸਕਾਂ ਤੋਂ ਬਿਨਾਂ ਆਏ ਨੇ ਜੀ, ਪਲੇਨ ਪਲੇਟਾਂ ਚ ਆਏ ਨੇ ਜੀ। 21 ਜਿਹੜਾ ਡਿਸਕਾਂ ਕੱਢਤੀਆਂ ਜੀ ਵਿੱਚ ਕੰਪਨੀਆਂ ਦੇ। ਹਾਂਜੀ ਹੁਣ ਸੁਧਾਰ ਹੋਈ ਆ ਜਿਹੜਾ ਲੈਂਡ, ਪਹਿਲਾਂ ਥੋੜਾ ਜਿਹਾ ਦਾਣਾ ਜੰਮਣ ਚ ਦਿੱਕਤ ਜੀ ਆਉਂਦੀ ਜੀ। ਲੈਂਡ ਫੋਰਸ ਕੰਪਨੀ ਨੇ ਜੀ ਡਿਸਕਾਂ ਚ, ਸ਼ੁਰੂ ਚ ਡਿਸਕਾਂ ਚ ਕੱਢਿਆ ਜੀ ਉਹਨਾਂ ਨੇ। ਅੱਛਾ ਲੈਂਡ ਫੋਰਸ। ਹਾਂਜੀ ਇਹਦਾ ਨੌ ਜਿਹਾ ਖਾਸਾ। ਹਾਂਜੀ ਹਾਂਜੀ ਇਹਦੀ ਬਿਜਾਈ ਚੰਗੀ ਆ? ਚੰਗੀ ਬਿਜਾਈ ਆ ਜੀ ਇੱਕ ਨੰਬਰ। ਅੱਛਾ ਨਾ ਜਿਵੇਂ ਪਹਿਲਾਂ ਖੁੱਡ ਜੇ ਰਹਿ ਜਾਂਦੇ ਤੇ ਵਿੱਚ ਦਾਣੇ ਦਾਣੇ ਲੱਗੇ ਰਹਿੰਦੇ ਸੀ? ਹਾਂਜੀ ਉਹ ਡਿਸਕਾਂ ਨਹੀਂ ਸੀ ਉਹਨਾਂ ਦੀ। ਅੱਛਾ ਉਹ ਪਰਾਲੀ ਪਰੂਲੀ ਚ ਬੀਜਣ ਦਾ ਕਿ ਬਿਨਾ ਪਰਾਲੀ ਤੋਂ? ਨਹੀਂ ਪਰਾਲੀ ਨਾਲ ਬੀਜਦੇ ਜੀ ਇਹ, ਵਿੱਚ ਪਰਾਲੀ ਵਿੱਚ ਮਿਕਸ। ਹਾਂਜੀ ਮਿਕਸ ਕਰਦਾ ਜੀ। ਅੱਛਾ ਹਾਂਜੀ ਉਂ ਜੇ ਸਫਾਈ ਜੋ ਚ ਜ਼ਿਆਦਾ ਹੋਈ ਨੇ ਲਿੱਤੀ ਜੀ ਮਚਾਲੇ ਹਨਾ ਥੋੜੀ। ਲੈ 22 ਦਾ ਨੰਬਰ ਤੁਹਾਨੂੰ ਆਪਾਂ ਦੁਬਾਰਾ ਲੈ ਕੇ ਦੇ ਦਾਂਗੇ। ਬਕਾਇਦਾ ਪਿੰਡ ਹੈ ਘੋਲੇਨਾਵ, ਜ਼ਿਲ੍ਹਾ ਸੰਗਰੂਰ ਦਾ ਪਿੰਡ ਹੈ ਇਹ, ਤੇ ਲਹਿਰੇ ਤੋਂ ਮਿਲਿਆ 6-7 ਕਿਲੋਮੀਟਰ ਪੈ ਜਾਂਦਾ ਤੇ ਇੱਧਰ ਦਿੜਬੇ ਦਾ 15 ਕਿਲੋਮੀਟਰ ਹੈ ਨਾ? ਦਿੜਬੇ ਦਾ 15 ਜੀ ਤੇ ਪਾਤੜਾਂ ਦਾ 26 ਕਿਲੋਮੀਟਰ ਪੈਂਦਾ। ਪਾਤੜਾਂ ਤੋਂ 26 ਕਿਲੋਮੀਟਰ ਪੈਂਦਾ। ਵਧੀਆ ਰੋਡ ਤੇ ਪਿੰਡ ਆ ਗਿਆ ਜੀ ਇਹ ਘੋੜੇਨਾ ਪਿੰਡ। ਤੇ ਆਪਣਾ ਨੰਬਰ ਬੋਲ ਦਿਓ ਬਾਈ ਜੀ। ਮੇਰਾ ਨੰਬਰ ਹੈ 98720-34864 ਜੀ। ਠੀਕ ਹੈ, ਹੋਰ ਕੀ ਕੀ ਚੀਜ਼ਾਂ ਜੇ ਅਗਲਾ ਲੈ ਕੇ ਦੇ ਦਾਂਗੇ ਆਪਾਂ? ਹੁਣ ਲੋਡਰ ਮਸ਼ੀਨਾਂ ਦੇ ਦਾਂਗੇ ਜੀ। ਹਾਂਜੀ ਮਿੱਟੀ ਚੱਕਣ ਵਾਲੀ, ਲੇਜ਼ਰ ਦੇ ਦਾਂਗੇ ਜੀ। ਹਾਂਜੀ ਤੇ ਇਹ ਸਮਾਨ ਦੇ ਦਾਂਗੇ ਜੀ, ਕੱਟਰ ਵੀ ਦੇ ਦਾਂਗੇ ਜੀ। ਠੀਕ ਹੈ ਠੀਕ ਹੈ, ਤੇ ਵੱਡਾ ਕਪੈਨ ਤੇ ਟਰੈਕਟਰ ਨਹੀਂ ਦਿੰਦੇ ਬਾਈ, ਬਾਕੀ ਸਾਰੀਆਂ ਚੀਜ਼ਾਂ ਦੇ ਦਾਂਗੇ ਜੇ ਕੋਈ ਖਰੀਦਣ ਦਾ ਚਾਹਵਾਨ ਹੋਇਆ। ਨਵੇਂ ਦੀ ਹਾਲਤ 'ਚ ਦੇ ਦਾਂਗੇ, ਚਾਹੇ ਉਹੀ ਗੱਲ ਹੈ ਜਮੀ ਲੇਜ਼ਰ ਲੇਬਰ ਵੀ ਦੇਖ ਰਹੇ ਬਾਈ ਕੋਲੇ, ਜਮੀ ਨਵੀਂ ਹਾਲਤ 'ਚ ਹੁੰਦੇ ਨੇ। ਇੱਕ ਰਾਹ ਨਹੀਂ 8 ਫੁੱਟ ਹੀ ਉਹ। ਅੱਛਾ ਇਹ 8 ਫੁੱਟ ਸਾਰੀ 8 ਫੁੱਟ ਨੇ ਉਰੇ? ਵਿੱਚ 7 ਫੁੱਟ ਵੀ 8 ਫੁੱਟ ਮਿਕਸ ਨਾ ਜੀ। ਅੱਛਾ 7 ਤੇ 8 ਫੁੱਟ ਨੇ। ਜੇ ਆਪਾਂ ਤੁਹਾਨੂੰ ਉਹੀ ਕਹੀਏ, ਤੁਸੀਂ ਬਕਾਇਦਾ ਬਾਈ ਨਾਲ ਫੋਨ 'ਤੇ ਗੱਲ ਕਰਕੇ ਆਰਡਰ ਵੀ ਪਵਾ ਸਕਦੇ ਹੋ, ਬਕਾਇਦਾ ਬਾਈ ਪਹੁੰਚ ਵੀ ਕਰ ਦੂਗਾ। ਅਤੇ ਬਾਕੀ ਕੋਈ ਵੀ ਸੰਦ ਲੈਣਾ ਹੋਇਆ ਤਾਂ ਬਾਈ ਨੂੰ ਤੁਸੀਂ ਕਹਿ ਸਕਦੇ ਹੋ, ਆਪਾਂ ਨੂੰ ਲੈ ਕੇ ਦੇ ਦੇਣਗੇ। ਇੱਕ ਤਰ੍ਹਾਂ ਦਾ ਜਿਵੇਂ ਨਵੇਂ ਵਰਗਾ ਕੰਮ ਹੈ, ਘੱਟ ਮਾਰ ਜਾਂਦੇ ਹੈ ਨਾ ਬਾਈ? ਹਾਂਜੀ ਹਾਂਜੀ ਘੱਟ ਮਾਰ ਜਾਂਦੇ। ਕੈਸ਼ ਦਾ ਕੰਮ ਹੈ ਕਿ ਕਿਸ਼ਤਾਂ ਕੁਸ਼ਤਾਂ ਵੀ ਕਰ ਲਾਂਗੇ? ਨਾ ਨਾ ਕੈਸ਼ ਦਾ ਜੀ। ਅੱਛਾ ਹਾਂਜੀ, ਮਾਂ ਕਹਿੰਦੇ ਫਾਈਨੈਂਸ ਦਾ ਵੀ? ਨਾ 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 ਜੀ ਕੈਸ਼ ਦਾ ਜੀ, ਕੈਸ਼ ਲੈ ਕੇ ਕੈਸ਼ ਦਾ ਕੰਮ ਹੈ। ਠੀਕ ਹੈ ਜੀ ਸੱਜਣੋ, ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਜ਼ਰੂਰ ਕਰ ਦਿਓ। ਧੰਨਵਾਦ।